सब्सक्राइब करो NC7 न्यूज नू ते लेटेस्ट अपडेट पाने लिए प्रेस करो बेल आइकन। ਜਲੰਧਰ ਦੇ ਪਿੰਡ ਚਾਨੀਆ ਦੇ ਨੌਜਵਾਨ ਨੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਕੇ ਆਪਣੀ ਸਮੱਸਿਆ ਦੇ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਦੇ ਚਲਦਿਆਂ ਜਲੰਧਰ ਦੇ ਹਾਥੀ ਦੇ SSP ਨਵਜੋਤ ਸਿੰਘ ਮਾਹਲ ਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਉਸ ਟਵੀਟ ਦਾ ਪਤਾ ਲੱਗਣ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਨੌਜਵਾਨ ਦਾ ਡਾਕਟਰੀ ਚੈੱਕਅਪ ਕਰਾਇਆ ਗਿਆ। ਜਾਣਕਾਰੀ ਅਨੁਸਾਰ ਇਸ ਨੌਜਵਾਨ ਨੇ ਖੁਦ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਦੱਸਦੇ ਹੋਏ ਸਹਾਇਤਾ ਦੇ ਲਈ ਸੀਐਮ ਕੈਪਟਨ ਦੇ ਟਵਿੱਟਰ ਅਕਾਊਂਟ ਤੇ ਟਵੀਟ ਕੀਤਾ ਸੀ, ਜਿਸ ਦੇ ਚਲਦੇ ਉੱਚ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਨੌਜਵਾਨ ਦਾ ਹਾਲ ਚਾਲ ਜਾਣਿਆ ਤੇ ਡਾਕਟਰੀ ਚੈੱਕਅਪ ਕਰਾਇਆ। ਅੱਜ ਦੁਪਹਿਰ ਵੇਲੇ ਇੱਕ ਵਿਦਿਆਰਥੀ ਹਰਸਿਮਰਨ ਸਿੰਘ, ਜੋ ਕਿ ਸਿਟੀ ਕਾਲਜ ਜਲੰਧਰ ਦਾ ਵਿਦਿਆਰਥੀ ਹੈ, ਇਹ ਵਿਦਿਆਰਥੀ ਨੇ ਟਵੀਟ ਕੀਤਾ ਸੀ ਮਾਨਯੋਗ ਸੀਐਮ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਇਹ ਘਰ ਜਿਹੜਾ ਹੈਗਾ ਇਸ ਕਰਫਿਊ ਕਰਕੇ ਅੰਡਰ ਮੈਂਟਲ ਸਟ੍ਰੈਸ ਹੈ, ਇਕੱਲਾ ਹੈ। ਕੁਦਰਤੀ ਮੈਂ ਅਤੇ ਜਿਹੜੇ SSP ਰੂਰਲ ਹੈਗੇ ਨਵਜੋਤ ਮਾਹਲ ਜੀ, ਅਸੀਂ ਅਤੇ ਨਾਲ ਉਸ ਏਰੀਏ ਦਾ ਪ੍ਰਸ਼ਾਸਨ ਉਸ ਏਰੀਏ 'ਚ ਫਲੈਗ ਮਾਰਚ 'ਤੇ ਸੀਗੇ ਨਕੋਦਰ ਏਰੀਏ 'ਚ। ਅਸੀਂ ਇਮੀਡੀਏਟਲੀ ਚਾਨੀਆ ਪਿੰਡ ਗਏ, ਜੋ ਕਿ ਉੱਥੋਂ 20 ਕਿਲੋਮੀਟਰ ਦੂਰ ਸੀਗਾ। ਸਾਡੇ ਨਾਲ ਮੈਡੀਕਲ ਟੀਮ ਵੀ ਸੀ। ਬੱਚੇ ਨੇ ਦੱਸਿਆ ਕਿ ਇਹਦੇ ਮਾਤਾ ਪਿਤਾ ਜਿਹੜੇ ਦੁਬਈ 'ਚ ਰਹਿੰਦੇ ਆ, ਇਕੱਲਾ ਹੈ, ਔਰ ਇਕੱਲਾ ਹੋਣ ਕਰਕੇ ਮੈਂਟਲ ਸਟ੍ਰੈਸ 'ਚ ਜਿਹੜਾ ਆ ਗਿਆ ਸੀ ਬੱਚਾ, ਇਹਨੂੰ ਇਮੀਡੀਏਟਲੀ ਅਸੀਂ ਮੈਡੀਕਲ ਚੈੱਕਅਪ ਕਰਾਇਆ। ਇਹਦੀ ਸਿਹਤ ਠੀਕ ਪਾਈ ਗਈ ਹੈ। ਉਹਨੂੰ ਪਾਣੀ ਧਾਣੀ ਪਿਆ ਕੇ, ਇਹਦੀ ਭੂਆ ਇੱਥੋਂ 20 ਕਿਲੋਮੀਟਰ ਦੂਰ ਨਕੋਦਰ ਦੇ ਵਿੱਚ ਰਹਿੰਦੀ ਹੈ, ਉਹਨਾਂ ਦੇ ਘਰ ਇਹਨੂੰ ਭੇਜ ਦਿੱਤਾ ਗਿਆ। ਹੁਣ ਇਹ ਬੱਚਾ ਰਾਜੀ ਖੁਸ਼ੀ ਹੈ। ਮੇਰੀ ਇਸ ਮਾਧਿਅਮ ਰਾਹੀਂ ਸਾਰੇ ਜਲੰਧਰ ਵਾਸੀਆਂ ਨੂੰ ਦੁਬਾਰਾ ਤੋਂ ਅਪੀਲ ਹੈ। ਮੈਂ ਪਹਿਲਾਂ ਵੀ ਕਿਹਾ ਸੀ ਕਿ ਚੜ੍ਹਦੀ ਕਲਾ 'ਚ ਰਹੋ, ਆਪਾਂ ਗੁਰੂਆਂ ਦੀ ਸੰਤਾਨ ਹੈ, ਤਕੜੇ ਹੈ, ਤਕੜੇ ਹੋ ਕੇ ਰਹੋ। ਕਿਸੇ ਨੂੰ ਕੋਈ ਸਮੱਸਿਆ ਹੈ, ਸਾਡੇ ਕੰਟਰੋਲ ਰੂਮ ਦਾ ਜਿਹੜਾ ਨੰਬਰ ਹੈ jalandhar.nic.in 'ਤੇ ਹੈਗੇ ਹੈ, SDMs ਦੇ ਨੰਬਰ ਵੀ ਉੱਥੇ ਹੈਗੇ ਹੈ, ਉਹਨਾਂ ਨੰਬਰਾਂ 'ਤੇ ਤੁਸੀਂ ਫੋਨ ਕਰੋ। ਜਿਹੜੀ ਸਹਾਇਤਾ ਹੈ ਡਾਕਟਰੀ ਹੋਵੇ, ਪੁਲਿਸ ਦੀ ਹੋਵੇ, ਤੁਰੰਤ ਤੁਹਾਡੇ ਬੂਹੇ 'ਤੇ ਪਹੁੰਚੇਗੀ। ਅਤੇ ਉਸ ਬੱਚੇ ਨੂੰ ਅਸੀਂ ਫਿਰ ਆਪਣੀ ਗੱਡੀ ਦੇ ਵਿੱਚ ਨਕੋਦਰ ਪਹੁੰਚਾ ਦਿੱਤਾ ਉਸਦੀ ਭੂਆ ਦੇ ਘਰ। ਐਂਡ ਉਹਦੀ ਜੋ ਅਸੀਂ ਦੇਖ ਪਾ ਰਹੇ ਸੀ, ਉਹਦੀ ਖੁਸ਼ੀ ਇੰਨੀ ਕੁ ਜ਼ਿਆਦਾ ਉਹਨੂੰ ਫੀਲ ਹੋ ਰਹੀ ਸੀ ਕਿ ਮੈਂ ਸੀਐਮ ਸਾਹਿਬ ਦੇ ਟਵਿੱਟਰ ਹੈਂਡਲ 'ਤੇ ਮੈਸੇਜ ਪਾਇਆ ਅਤੇ ਵਿਦ ਇਨ ਕੁਛ ਮਿੰਟ ਸੀ ਉਹਨੂੰ ਉਸਦਾ ਰਿਸਪੋਂਸ ਮਿਲ ਗਿਆ। ਜੋ ਇਸ ਗੱਲ ਇਹ ਕੰਮ ਕਰਕੇ ਮੈਨੂੰ ਅਤੇ DC ਸਾਹਿਬ ਨੂੰ ਵੀ ਮਨ ਨੂੰ ਬੜੀ ਸ਼ਾਂਤੀ ਮਿਲੀ ਹੈ। ਅਤੇ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਤਾਂ ਇੱਦਾਂ ਹੀ ਸਾਡੇ ਜਲੰਧਰ ਰੂਰਲ ਅਤੇ ਜਲੰਧਰ DC ਸਾਹਿਬ ਨਾਲ ਟਾਈ ਅਪ ਕਰਦੇ ਰਹਿਣ। ਅਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਜੋ ਵੀ ਅਸੀਂ ਸੇਵਾ ਕਰ ਸਕਦੇ ਹਾਂ, ਕਿਤੇ ਮੈਡੀਸਨ ਦੀ, ਕਿਤੇ ਰਾਸ਼ਨ ਦੀ ਜਾਂ ਹੋਰ ਕੋਈ ਐਮਰਜੈਂਸੀ, ਮੈਡੀਕਲ ਐਮਰਜੈਂਸੀ, ਕੋਰੋਨਾ ਵਾਇਰਸ ਦੇ ਪ੍ਰਕੋਪ 'ਚ ਸਕੂਲਾਂ ਵਿੱਚ ਚੱਲ ਰਹੀਆਂ ਛੁੱਟੀਆਂ ਦੌਰਾਨ ਹੀ ਨਵਾਂ ਸੈਸ਼ਨ ਸ਼ੁਰੂ ਹੋ ਗਿਆ। ਵਿਦਿਆਰਥੀਆਂ ਦੀ ਪੜ੍ਹਾਈ ਤੇ ਛੁੱਟੀਆਂ ਦਾ ਅਸਰ ਨਾ ਪਵੇ, ਇਸ ਲਈ ਜ਼ਿਆਦਾਤਰ ਸਕੂਲਾਂ ਨੇ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਆਨਲਾਈਨ ਸਟੱਡੀ ਵੀ ਸ਼ੁਰੂ ਕਰਾ ਦਿੱਤੀ ਹੈ। ਪਰ ਇਸ ਰਾਹਤ ਵਿੱਚ ਕਈ ਪਰਸੈਂਟ ਦੇ ਲਈ ਉਸ ਸਮੇਂ ਆਫਤ ਵਾਲੀ ਸਥਿਤੀ ਪੈਦਾ ਹੋ ਰਹੀ ਹੈ, ਜਦੋਂ ਕੁਝ ਸਕੂਲ ਪੇਰੈਂਟਸ ਨੂੰ ਫੀਸਾਂ ਜਮ੍ਹਾਂ ਕਰਾਉਣ ਦੇ ਮੈਸੇਜ ਭੇਜੇ ਜਾ ਰਹੇ ਨੇ। ਹਾਲਾਂਕਿ ਸ਼ਹਿਰ ਦੇ ਕਈ ਨਾਮੀ ਸਕੂਲਾਂ ਨੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਬੀਤੇ ਦਿਨੀ ਜਾਰੀ ਕੀਤੇ ਗਏ ਹੁਕਮਾਂ ਨੂੰ ਮੰਨਦੇ ਹੋਏ ਹਾਲ ਦੀ ਘੜੀ ਪੇਰੈਂਟਸ ਨੂੰ ਫੀਸ ਜਮ੍ਹਾਂ ਕਰਾਉਣ ਲਈ ਕੋਈ ਅਲਰਟ ਤੱਕ ਨਹੀਂ ਭੇਜਿਆ ਹੈ। ਪਰ ਜਿਨ੍ਹਾਂ ਸਕੂਲਾਂ ਨੇ ਪੇਰੈਂਟਸ ਨੂੰ ਮੈਸੇਜ ਭੇਜੇ ਨੇ, ਉਹਨਾਂ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਵੀ ਪੇਰੈਂਟਸ ਰਾਹੀਂ ਪਹੁੰਚਾਈ ਗਈ ਹੈ, ਜਿਸ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਸਕੂਲ ਸੰਚਾਲਕਾਂ ਨੂੰ ਨਿਰਦੇਸ਼ ਜਾਰੀ ਕਰਕੇ ਮੌਜੂਦਾ ਹਾਲਾਤ ਆਮ ਹੋਣ ਤੱਕ ਮਾਪਿਆਂ ਤੋਂ ਫੀਸ ਨਾ ਮੰਗਣ ਲਈ ਕਿਹਾ ਹੈ। ਦੱਸਿਓ ਕਹਿ ਕਿ 2 ਹਫ਼ਤੇ ਪਹਿਲਾਂ DPI ਪੰਜਾਬ ਨੇ ਵੀ ਨਿੱਜੀ ਸਕੂਲਾਂ ਨੂੰ ਹੁਕਮ ਦਿੱਤੇ ਸਨ ਕਿ ਪੇਰੈਂਟਸ ਤੋਂ ਅਜੇ ਕੋਈ ਫੀਸ ਨਾ ਮੰਗੀ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਵੀ ਸ਼ਨੀਵਾਰ ਨੂੰ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਗੈਰ ਸਰਕਾਰੀ ਸਿੱਖਿਆ ਸੰਸਥਾਵਾਂ ਵੱਲੋਂ ਨਵੇਂ ਦਾਖਲਿਆਂ ਸੰਬੰਧੀ ਲਈ ਜਾਣ ਵਾਲੀ ਫੀਸ ਦੀ ਆਖਰੀ ਤਰੀਕ 31 ਮਾਰਚ ਨਿਰਧਾਰਿਤ ਕੀਤੀ ਗਈ ਸੀ, ਪਰ ਮੌਜੂਦਾ ਸਮੇਂ ਵਿੱਚ ਚੱਲ ਰਹੇ ਹਾਲਾਤ ਦੇ ਮੱਦੇਨਜ਼ਰ ਸਕੂਲਾਂ ਨੂੰ ਆਪਣੇ ਪਹਿਲਾਂ ਵਾਲੇ ਫੀਸ ਸ਼ਡਿਊਲ ਨੂੰ ਹਾਲਾਤ ਆਮ ਹੋਣ ਤੱਕ ਹੀ ਰੀਸ਼ਡਿਊਲ ਕਰਨਾ ਹੋਵੇਗਾ। ਕਰਫਿਊ ਦੌਰਾਨ ਜਿੱਥੇ ਪੁਲਿਸ ਪੂਰੀ ਸਖਤੀ ਵਰਤ ਰਹੀ ਹੈ, ਉੱਥੇ ਜਲੰਧਰ ਦੇ ਇੱਕ ਬਸਤੀ 'ਚ ਰਹਿੰਦੇ ਪ੍ਰਵਾਸੀ ਲੋਕ ਆਪਸ 'ਚ ਉਲਝ ਪਏ ਤੇ ਗੱਲ ਰੋੜਿਆਂ ਤੇ ਡੰਡਿਆਂ ਤੱਕ ਜਾ ਪਹੁੰਚੀ।
हैरान करने वाली गल ए सी कि उस इलाके च पुलिस मुलाजम दूर दूर तक दिखाई नहीं दिते। दसिया जा रहा है कि किसी गल नूं लैके दो प्रवासी मुंडियां दी लड़ाई हो गई, दोवें एक दूजे नाल हथो पाई हो गए, वेखते वेखते बाकी दे लोक भी इकट्ठे हो गए। दूजे पासे जदों पुलिस सिक्योरिटी बारे ए सी पी सेंट्रल नाल गल कीती गई तां उन्होंने कहा कि उन्हां कोल इस झगड़े संबंधी कोई शिकायत नहीं आई, जदों कि उन्हां दा कहना सी कि शहर विच पुलिस दे पुख्ता प्रबंध ने। ਜੀ ਸਾਡੇ ਕੋਲ ਕੰਪਲੇਂਟ ਤਾਂ ਆਈ ਨਹੀਂ ਹੈ ਜੀ, ਜੇ ਕੰਪਲੇਂਟ ਆਏਗੀ ਕਿੱਥੇ ਕੀ ਲੜਾਈ ਹੋਈ ਆਪਾਂ ਵੈਰੀਫਾਈ ਕਰਾਂਗੇ, ਜੋ ਬਣਦੀ ਕਾਰਵਾਈ ਕਰ ਦਾਂਗੇ। ਲੋਕੇਸ਼ਨ ਦਾ ਤਾਂ ਹੁਣ ਸਾਨੂੰ ਪਤਾ ਨਹੀਂ ਹੈ ਨਾ ਜੀ ਕਿੱਥੇ ਲੜਾਈ ਹੋਈ ਹੈ, ਚੈੱਕ ਕਰਾਂਗੇ ਲੋਕੇਸ਼ਨ ਪਤਾ ਲੱਗੇਗਾ, ਫਿਰ ਹੀ ਔਨ ਰੋਡ ਤਾਂ ਕਿਤੇ ਦਿਖ ਨਹੀਂ ਰਿਹਾ, ਵਿਆਹਵਾਨ ਕੋਈ ਜਗ੍ਹਾ ਹੋਏਗੀ ਜੀ ਉਹ ਬਾਕੀ ਹੁਣ ਤਸਦੀਕ ਕਰਾਂਗੇ ਫਿਰ ਕਲੀਅਰ ਹੋਊਗਾ। ਉਧਰ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਪ੍ਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਖ਼ਤ ਹੁੰਦੇ ਵਿਖਾਈ ਦੇ ਰਹੇ ਨੇ। ਜੀ ਹਾਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਿੱਜੀ ਹਸਪਤਾਲਾਂ ਦੁਆਰਾ ਓਪੀਡੀ ਅਤੇ ਹਸਪਤਾਲ ਬੰਦ ਕਰਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੜ ਸਿਹਤ ਸੇਵਾਵਾਂ ਚਾਲੂ ਨਾ ਕਰਨ ਤੇ ਉਹਨਾਂ ਦੇ ਲਾਇਸੈਂਸ ਰੱਦ ਕਰਨ ਦੀ ਚੇਤਾਵਨੀ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਕੁਝ ਹਸਪਤਾਲ ਬੰਦ ਹੋਣ ਦੀਆਂ ਰਿਪੋਰਟਾਂ ਮਿਲੀਆਂ ਨੇ ਤੇ ਉਹਨਾਂ ਨੇ ਸਿਹਤ ਵਿਭਾਗ ਨੂੰ ਇਸ ਦੀ ਪੜਤਾਲ ਕਰਨ ਨੂੰ ਕਿਹਾ ਹੈ। ਕੈਪਟਨ ਨੇ ਕਿਹਾ ਕਿ ਜੇਕਰ ਔਖੇ ਸਮੇਂ ਵਿੱਚ ਹਸਪਤਾਲਾਂ ਡਾਕਟਰਾਂ ਵੱਲੋਂ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਤਾਂ ਸਿਹਤ ਸੇਵਾਵਾਂ ਕਿੱਥੋਂ ਮਿਲਣਗੀਆਂ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਹਸਪਤਾਲ ਨਾ ਖੋਲੇ ਤਾਂ ਉਹਨਾਂ ਨੂੰ ਭਵਿੱਖ ਵਿੱਚ ਹਸਪਤਾਲ ਖੋਲਣ ਦੀ ਬਿਲਕੁਲ ਵੀ ਆਗਿਆ ਨਹੀਂ ਦਿੱਤੀ ਜਾਵੇਗੀ। ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆਂ ਵਿੱਚ ਤਬਾਹੀ ਮਚਾ ਰਿਹਾ ਹੈ। ਪੰਜਾਬ ਵਿੱਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਕੋਰੋਨਾ ਵਾਇਰਸ ਦਾ ਫਰੀਦਕੋਟ 'ਚ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਬਰਨਾਲਾ 'ਚ ਵੀ ਕੋਰੋਨਾ ਦਾ ਪੋਜ਼ਿਟਿਵ ਮਰੀਜ਼ ਸਾਹਮਣੇ ਆਇਆ ਹੈ। ਇੱਥੋਂ ਦੇ ਸੇਖਾ ਰੋਡ ਦੀ ਰਹਿਣ ਵਾਲੀ ਇੱਕ 42 ਸਾਲਾ ਔਰਤ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆਈ ਹੈ। ਬਰਨਾਲਾ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਹੈ। ਇਸ ਨਾਲ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜੋਤੀ ਕੌਸ਼ਲ ਨੇ ਇਸ ਰਿਪੋਰਟ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਕੋਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 68 ਹੋ ਗਈ ਹੈ। ਉਧਰ ਜਿੱਥੇ ਕੋਰੋਨਾ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਉੱਥੇ ਹੀ ਰੂਪਨਗਰ ਜ਼ਿਲ੍ਹੇ 'ਚ ਪੁਲਿਸ ਨੂੰ ਇਹਨਾਂ ਹਾਲਾਤਾਂ ਨਾਲ ਨਜਿੱਠਣ ਲਈ ਕੋਈ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਤੇ ਰੂਪਨਗਰ ਪੁਲਿਸ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਹੀ ਹੈ। ਪੂਰੇ ਸ਼ਹਿਰ 'ਚ ਕਰਫਿਊ ਲੱਗੇ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਰੂਪਨਗਰ ਦੇ ASP ਵਰਿੰਦਰ ਸਿੰਘ ਨੇ ਦੱਸਿਆ ਕਿ ਰੂਪਨਗਰ ਵਿੱਚ 8 ਜਗ੍ਹਾ ਤੇ ਵੱਖ ਵੱਖ ਥਾਵਾਂ ਤੇ ਪੁਲਿਸ ਨਾਕੇ ਲਗਾ ਕੇ ਹਰ ਆਉਣ ਜਾਣ ਵਾਲੇ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ 9 ਤੋਂ ਵੱਧ ਪੈਟਰੋਲਿੰਗ ਪੁਲਿਸ ਪਾਰਟੀਆਂ ਹਮੇਸ਼ਾ ਗਸ਼ਤ ਕਰਦੀਆਂ ਨੇ ਜੋ ਕਿ ਸ਼ਹਿਰ ਵਿੱਚ ਕਿਤੇ ਵੀ ਕੋਈ ਸ਼ਰਾਰਤੀ ਅਨਸਰ ਹੁੱਲੜਬਾਜ਼ੀ ਨਾ ਕਰ ਸਕੇ। ਉਹਨਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਪੁਲਿਸ ਨੇ ਵੀ ਆਪਣੀ ਕਾਰਜ ਸ਼ੈਲੀ ਵਧੀਆ ਤਰੀਕੇ ਨਾਲ ਪੇਸ਼ ਕੀਤੀ ਹੈ ਜਿਸ ਕਾਰਨ ਰੂਪਨਗਰ ਜ਼ਿਲ੍ਹੇ ਦੇ ਲੋਕ ਰੂਪਨਗਰ ਪੁਲਿਸ ਦਾ ਸਾਥ ਦੇ ਰਹੇ ਨੇ। ਰੋਪੜ ਸ਼ਹਿਰ ਦੇ ਵਿੱਚ ਸਥਿਤੀ ਪੂਰੀ ਸ਼ਾਂਤੀਪੂਰਵਕ ਹੈ, ਲੋਕ ਪੂਰਾ ਸਹਿਯੋਗ ਦੇ ਰਹੇ ਨੇ ਸਾਨੂੰ ਔਰ ਮੱਦੇ ਇਹਦੇ ਕਰੋਨਾ ਦੇ ਮੱਦੇਨਜ਼ਰ ਲੋਕਾਂ ਦਾ ਪੂਰਨ ਸਹਿਯੋਗ ਜਿਹੜਾ ਉਹ ਪੁਲਿਸ ਪ੍ਰਸ਼ਾਸਨ ਨੂੰ ਮਿਲ ਰਿਹਾ ਹੈ। ਸਰ, ਇੱਕ CRPF ਦੀ ਗੱਲ ਕਹੀ ਜਾ ਰਹੀ ਸੀ ਕਈ ਜਗ੍ਹਾ 'ਤੇ ਵੀ CRPF ਜਿਹੜੀ ਪੰਜਾਬ ਦੇ ਵਿੱਚ ਜਲਦੀ ਲੱਗਣ ਜਾ ਰਹੀ, ਕੀ ਰੋਪੜ ਦੇ ਵਿੱਚ ਵੀ CRPF ਲੱਗਣ ਜਾ ਰਹੀ? ਨਹੀਂ ਜੀ, ਹਾਲੇ ਰੋਪੜ ਦੇ ਵਿੱਚ ਸਾਨੂੰ CRP ਦੀ ਜਾਂ ਕਿਸੇ ਹੋਰ ਐਕਸਟਰਾ ਫੋਰਸ ਦੀ ਲੋੜ ਨਹੀਂ, ਕਿਉਂਕਿ ਲੋਕ ਬਹੁਤ ਸਹਿਯੋਗ ਕਰ ਰਹੇ ਨੇ ਪਿੰਡਾਂ ਦੇ ਵਿੱਚ। ਖੁਦ ਸਾਡਾ ਪੁਲਿਸ ਦਾ ਔਰ CRP ਦਾ ਕੰਮ ਲੋਕ ਕਰ ਰਹੇ ਨੇ, ਉਹਨਾਂ ਨੇ ਨਾਕੇ ਲਗਾ ਕੇ ਆਪਣੇ ਪਿੰਡਾਂ ਨੂੰ ਆਈਸੋਲੇਟ ਕੀਤਾ ਹੋਇਆ। ਆਉਣ ਜਾਣ ਵਾਲੇ ਲੋਕਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ, ਜੇ ਕੋਈ ਅਨਸੈਸਰੀ ਐਲੀਮੈਂਟ ਉਹਨਾਂ ਕੋਲ ਆਉਂਦਾ ਉਹਨੂੰ ਵਾਪਸ ਕਰ ਰਹੇ ਨੇ, ਕਿਸੇ ਜ਼ਰੂਰੀ ਕੰਮ ਵਾਲੇ ਨੂੰ ਇਹ ਉਹ ਐਂਟਰ ਕਰਨ ਦੇ ਰਹੇ ਨੇ। ਫਿਰ ਵੀ ਅਗਰ ਕੋਈ ਸਥਿਤੀ 'ਚ ਇਸ ਤਰ੍ਹਾਂ ਦੀ ਲੋੜ ਪਈ ਫਿਰ ਐਕਸਟਰਾ ਫੋਰਸ ਜਿਹੜੀ ਆ ਉਹ ਮੰਗਵਾਈ ਜਾ ਸਕਦੀ। ਰੋਪੜ ਦੇ ਵਿੱਚ ਜਿਹੜੀ ਕਿੰਨੀਆਂ ਪੁਲਿਸ ਪਾਰਟੀ ਜਾਂ ਪੁਲਿਸ ਨਾਕੇ ਲੱਗੇ ਹੋਏ? ਅਸੀਂ ਰੋਪੜ ਸ਼ਹਿਰ ਦੇ ਅੰਦਰ ਇਹਨੂੰ ਜ਼ੋਨਾਂ ਦੇ ਵਿੱਚ ਵੰਡ ਕੇ ਕਰੀਬ 10 ਦੇ ਕਰੀਬ ਨਾਕੇ ਅਸੀਂ ਲਗਾਏ ਹੋਏ ਨੇ, 9 ਦੇ ਕਰੀਬ ਗਸ਼ਤ ਪਾਰਟੀਆਂ ਨੇ ਜਿਹੜੀਆਂ ਦਿਨ ਰਾਤ 24x7 ਕੰਮ ਕਰ ਰਹੀਆਂ, ਸ਼ਿਫਟ ਵਾਈਜ਼ ਇਹਨਾਂ ਤੋਂ ਅਸੀਂ ਕੰਮ ਲੈ ਰਹੇ ਹਾਂ। ਸਰ, ਜਿਹੜੀ ਪੁਲਿਸ ਦਾ ਰਹਿਣ ਦਾ ਔਰ ਖਾਣ ਪੀਣ ਦਾ ਕੀ ਬੰਦੋਬਸਤ ਹੋ ਰਿਹਾ ਜੀ? ਨਾਕਿਆਂ ਦੇ ਉੱਤੇ ਇਹਨਾਂ ਨੂੰ ਫੂਡ ਜਿਹੜਾ ਸਪਲਾਈ ਕੀਤਾ ਜਾ ਰਿਹਾ ਜੀ, ਔਰ ਇਹਨਾਂ ਦੀ ਵੈਲਫੇਅਰ ਵਾਸਤੇ ਅਸੀਂ ਹਰ ਮੁਲਾਜ਼ਮ ਦਾ ਨਾਕਿਆਂ ਦੇ ਉੱਤੇ ਹੀ ਸਾਡੇ ਡਾਕਟਰ ਸਾਹਿਬ ਨੇ ਆ ਕੇ ਮੈਡੀਕਲ ਚੈੱਕਅਪ ਕੀਤਾ ਹੈ, ਔਰ ਹੋਰ ਵੀ ਜਿਹੜੀਆਂ ਲੋੜੀਂਦੀਆਂ ਕਰੋਨਾ ਨਾਲ ਫਾਈਟ ਕਰਨ ਨੂੰ ਸੈਨੇਟਾਈਜ਼ਰ ਨੇ, ਮਾਸਕ ਨੇ ਜਾਂ ਹੈਂਡ ਗਲਵਜ਼ ਨੇ, ਉਹ ਅਸੀਂ ਸਾਰੇ ਮੁਲਾਜ਼ਮਾਂ ਨੂੰ ਪ੍ਰੋਵਾਈਡ ਕੀਤੇ ਹੋਏ ਨੇ। ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚਲਦਿਆਂ ਪੂਰੇ ਦੇਸ਼ ਵਿੱਚ ਲੋਕਡਾਊਨ ਕੀਤਾ ਹੋਇਆ ਹੈ। ਗਰੀਬ ਤੇ ਮਜ਼ਦੂਰ ਲੋਕਾਂ ਦਾ ਰਾਸ਼ਨ ਖਤਮ ਹੋਣ ਦੀ ਕਰਾਰ ਤੇ ਹੈ, ਜਿਸ ਨੂੰ ਲੈ ਕੇ ਸਰਕਾਰ ਅਤੇ ਹੋਰ ਕਈ ਸੰਸਥਾਵਾਂ ਅੱਗੇ ਆ ਰਹੀਆਂ ਨੇ ਜਿਨ੍ਹਾਂ ਨੇ ਗਰੀਬ ਲੋਕਾਂ ਦੀ ਬਾਂਹ ਫੜੀ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਇੰਚਾਰਜ ਵਰਿੰਦਰ ਸਿੰਘ ਢਿੱਲੋਂ ਵੀ ਗਰੀਬ ਲੋਕਾਂ ਦੀ ਮਦਦ ਵਿੱਚ ਡਟ ਗਏ ਨੇ। ਵਰਿੰਦਰ ਸਿੰਘ ਢਿੱਲੋਂ ਨੇ 800 ਦੇ ਕਰੀਬ ਆਟੇ ਦੀਆਂ ਥੈਲੀਆਂ ਅਤੇ ਹੋਰ ਰਾਸ਼ਨ ਸਮੱਗਰੀ ਨੂਰਪੁਰ ਬੇਦੀ ਦੇ BDPO ਅਤੇ ਤਹਿਸੀਲਦਾਰ ਨੂੰ ਸੌਂਪੀ। ਉਹਨਾਂ ਕਿਹਾ ਕਿ ਪੂਰੇ ਇਲਾਕੇ ਵਿੱਚ ਹਰ ਲੋੜਵੰਦ ਦੇ ਘਰ ਘਰ ਰਾਸ਼ਨ ਪਹੁੰਚਾਉਣ ਤੋਂ ਉਹ ਕਦੇ ਪਿੱਛੇ ਨਹੀਂ ਹਟਣਗੇ।
ਅਸੀਂ ਇਹੀ ਕਹਿੰਦੇ ਹਾਂ ਵੀ ਦੇਖੋ, ਵੈਸੇ ਤਾਂ ਸਰਕਾਰ ਪੂਰੀ ਸੁਚੇਜੇ ਢੰਗ ਨਾਲ ਲੱਗੀ ਹੋਈ ਆ, ਹਰੇਕ ਦੀ ਮੁਸ਼ਕਲ ਪਰੇਸ਼ਾਨੀ ਸਾਰਿਆਂ ਦੀ ਵੇਖੀ ਜਾ ਰਹੀ ਆ, ਲੇਕਿਨ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਜੋ ਕੁਛ ਵੀ ਹੋਣਾ ਵਾ ਨਾ ਜੀ, ਇਹ ਮਹਾਂਮਾਰੀ ਦੇ ਵਿੱਚ ਸਭ ਨੂੰ ਇਕੱਠੇ ਹੋ ਕੇ ਲੜਨਾ ਪੈਣਾ, ਇਹ ਕੋਈ ਕਿਸੇ ਇਕੱਲੀ ਨਿੱਜੀ ਲੜਾਈ ਨਹੀਂ ਆ। ਔਰ ਆਪਾਂ ਐਡਮਿਨਿਸਟ੍ਰੇਸ਼ਨ ਸਰਕਾਰ ਨੂੰ ਪੂਰਾ ਸਾਥ ਦੇਈਏ ਤਾਂ ਕਿ ਸਰਕਾਰ ਇਸ ਸਮੇਂ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਕੰਮ ਕਰਨਾ ਚਾਹੁੰਦੀ ਆ ਔਰ ਲੋਕਾਂ ਤੱਕ ਪਹੁੰਚਾ ਰਹੀ ਹੈ। ਸੋ ਅਸੀਂ ਵੀ ਇਹੀ ਕੋਸ਼ਿਸ਼ ਕੀਤੀ, ਜਿਹੜਾ ਸਾਡਾ ਵੀ ਰਾਸ਼ਨ ਜਿਹੜਾ ਅਸੀਂ ਵੰਡਣਾ ਚਾਹੁੰਦੇ ਹਾਂ ਜਾਂ ਕਰਨਾ ਚਾਹੁੰਦੇ ਹਾਂ, ਐਡਮਿਨਿਸਟ੍ਰੇਸ਼ਨ ਰਾਹੀਂ ਉਹਨੂੰ ਵੰਡਾਇਆ ਜਾਵੇ ਤਾਂ ਕਿ ਇੱਕ ਵਧੀਆ ਤਰੀਕੇ ਨਾਲ ਇੱਕ ਮੈਸੇਜ ਜਾ ਸਕੇ ਔਰ ਜਿੰਨਾਂ ਤੱਕ ਪਹੁੰਚ ਚੁੱਕਿਆ ਉਹਨਾਂ ਕੋਲ ਦੁਬਾਰਾ ਨਾ ਪਹੁੰਚੇ ਔਰ ਜਿੰਨਾਂ ਕੁ ਨਹੀਂ ਪਹੁੰਚਿਆ ਉਹਨਾਂ ਤੱਕ ਇਹ ਪਹੁੰਚ ਸਕੇ। ਸਰ, ਕਿੰਨਾ ਕੁ ਰਾਸ਼ਨ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਜਿਹੜਾ ਤੁਸੀਂ ਅੱਜ ਲੈ ਕੇ ਆਏ? ਅੱਜ ਤਕਰੀਬਨ ਅਸੀਂ 800 ਥੈਲੀਆਂ ਹੈਗੀਆਂ ਵਾ ਇਹ ਆਟੇ ਦੀਆਂ ਔਰ ਆਪਣਾ ਨਾਲ ਅਚਾਰ ਹੈਗਾ ਵਾ ਔਰ ਆਪਣਾ ਕੀ ਕਹਿੰਦੇ ਕੁਛ ਦਾਲਾਂ ਦੇ ਪੈਕਟ ਹੈਗੇ ਆ, ਇਹ ਇਸ ਕਰਕੇ ਦਿੱਤੇ ਜਾਂਦੇ ਆ ਵੀ ਜਿੱਥੇ ਕਿਤੇ ਐਮਰਜੈਂਸੀ ਜਾਂ ਕਈ ਵਾਰ ਮੁਸ਼ਕਲਾਂ ਚੱਲੇ, ਸਰਕਾਰ ਦੇ ਜਿਹੜਾ ਆਪਣਾ ਕੀ ਕਹਿੰਦੇ ਪੈਕਟ ਆ ਉਹ ਵੀ ਆ ਚੁੱਕੇ ਆ, ਆਮ ਸੰਸਥਾਵਾਂ ਵੀ ਬਹੁਤ ਲੱਗੀਆਂ ਹੋਈਆਂ ਵਾ, ਲੰਗਰ ਵੀ ਬਹੁਤ ਚੱਲ ਰਹੇ ਆ। ਸੋ ਸਾਡੀ ਇਹੀ ਕੋਸ਼ਿਸ਼ ਆ ਵੀ ਸਾਰਾ ਕੁਛ ਇਕੱਠੇ ਹੋ ਕੇ, ਐਡਮਿਨਿਸਟ੍ਰੇਸ਼ਨ ਨੂੰ ਪਤਾ ਹੁੰਦਾ ਹਰੇਕ ਕੋਲ ਨੀਲੇ ਕਾਰਡ ਕਿਹਦੇ ਕੋਲ ਆ, ਕਿਹਦੇ ਕੋਲ ਨਹੀਂ ਆ, ਕਿੱਥੇ ਪ੍ਰਵਾਸੀ ਭਾਈਚਾਰਾ ਬੈਠਾ ਵਾ, ਸਾਨੂੰ ਵੀ ਜਿਵੇਂ ਪਤਾ, ਲੇਕਿਨ ਕਈ ਵਾਰ ਡਬਲ ਟ੍ਰਿਪਲਿੰਗ ਔਰ ਕਈ ਵਾਰ ਰਾਜਨੀਤਿਕ ਪੱਖਾਂ ਨੂੰ ਵੇਖਦੇ ਹੋਏ ਅਸੀਂ ਇਹ ਸਾਰਾ ਕੁਛ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਕਰ ਦਿੱਤਾ ਵਾ ਔਰ ਇਹਨਾਂ ਤੋਂ ਅਸੀਂ ਕਰਾਂਗੇ। ਢਿੱਲੋਂ ਸਾਹਿਬ ਵੱਲੋਂ ਅੱਜ 800 ਪਰਿਵਾਰਾਂ ਦੇ ਲਈ ਰਾਸ਼ਨ ਮੁਹੱਈਆ ਕਰਵਾਇਆ ਗਿਆ, ਕਿਆ ਕਹਿਣਾ ਚਾਹੁੰਦੇ ਹੋ? ਮੈਂ ਧੰਨਵਾਦ ਕਰਦਾ ਕੈਪਟਨ ਸਰਕਾਰ ਦਾ, ਢਿੱਲੋਂ ਸਾਹਿਬ ਦਾ, ਜਿਨ੍ਹਾਂ ਨੇ ਇਹ ਜਿਹੜਾ ਉਪਰਾਲਾ ਕੀਤਾ ਹੈ, ਬਹੁਤ ਵਧੀਆ ਉਪਰਾਲਾ ਹੈ। ਤਕਰੀਬਨ ਜਿਹੜੇ ਸਮਾਜ ਸੇਵੀ ਲੋਕ ਹੈ ਸਾਡੇ ਇਲਾਕੇ ਦੇ ਵਿੱਚ ਵੀ ਔਰ ਬਾਹਰਲੇ ਲੋਕ ਵੀ ਬਹੁਤ ਜਿਹੜਾ ਹੈ ਰਾਸ਼ਨ ਮੁਹੱਈਆ ਕਰਾ ਰਹੇ ਹੈ, ਕਈਆਂ ਨੂੰ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਵੀ ਪੁੱਜ ਰਿਹਾ। ਮੈਂ ਸਾਰੇ ਅੱਗੇ ਵੀ ਬੇਨਤੀ ਕਰਦਾ ਕਿ ਜਿਨ੍ਹਾਂ ਦੀ ਜ਼ਰੂਰਤ ਹੈ ਉਹਨਾਂ ਦੀ ਜ਼ਰੂਰਤ ਤੱਕ ਉਹਨਾਂ ਨੂੰ ਜ਼ਰੂਰ ਪੁੱਜਣ ਦਿਓ। ਖਾਸ ਕਰਕੇ ਮੈਂ ਢਿੱਲੋਂ ਸਾਹਿਬ ਦਾ ਧੰਨਵਾਦ ਕਰਦਾ ਕਿ ਅੱਜ ਉਹਨਾਂ ਨੇ ਇੱਥੇ ਜਿਹੜਾ 800 ਪਰਿਵਾਰ ਨੂੰ, ਕੱਲ੍ਹ DC ਸਾਹਿਬ ਔਰ SSP ਸਾਹਿਬ ਦੇ ਕੋਲ ਉਹਨਾਂ ਨੇ ਰਾਸ਼ਨ ਪਜਾਇਆ ਸੀ, ਅੱਜ ਨੂਰ ਪ੍ਰਵੇਦੀ ਆਪਣਾ BDO ਸਾਹਿਬ ਦੀ ਹਾਜ਼ਰੀ 'ਚ, SHO ਸਾਹਿਬ ਅਤੇ ਤਹਿਸੀਲਦਾਰ ਜੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਹੜਾ ਲੋਕਾਂ ਨੂੰ ਰਾਸ਼ਨ ਪਜਾਇਆ। ਇੱਕ ਮੈਂ ਕਹਿਣਾ ਚਾਹੁੰਦਾ ਹਾਂ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜੇ ਦਿਨ ਸੰਕਟ ਦੇ ਪੂਰੇ ਹਿੰਦੁਸਤਾਨ ਔਰ ਪੂਰੇ ਪੰਜਾਬ 'ਤੇ ਪਏ ਹੈ, ਅਸੀਂ ਇੱਕਜੁੱਟ ਹੋ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਲੋਕਾਂ ਦਾ ਸਹਿਯੋਗ ਕਰਕੇ ਔਰ ਸਰਕਾਰ ਦੇ ਨਾਲ, ਸਰਕਾਰ ਦੇ ਨੁਮਾਇੰਦੇ ਜੋ ਪ੍ਰਸ਼ਾਸਨ ਹੈ ਜੋ ਕੰਮ ਕਰ ਰਿਹਾ ਹੈ ਉਹਨਾਂ ਦੇ ਨਾਲ ਸਾਨੂੰ ਸਹਿਯੋਗ ਕਰਕੇ ਜਿਹੜਾ ਆਪਣੇ ਘਰਾਂ ਦੇ ਵਿੱਚ ਰਹਿ ਕੇ ਜਿਹੜੀ ਕੋਰੋਨਾ ਦੇ ਨਾਲ ਜਿਹੜੀ ਲੜਾਈ ਹੈ ਲੜਨੀ ਚਾਹੀਦੀ। ਇਸ ਦੇ ਵਿੱਚ ਕੋਈ ਸ਼ੱਕੀ ਨਹੀਂ, ਅਸੀਂ ਸੜਕਾਂ 'ਤੇ ਆ ਕੇ ਮੋਟਰਸਾਈਕਲ 'ਤੇ ਘੁੰਮੀਏ ਜਾਂ ਕਹੀਏ ਕਿ ਮੈਂ 2 ਗੇੜੇ ਲਾਏ ਜਾਂ 3, ਇਹ ਬਿਲਕੁਲ ਹੀ ਬੇਹੂਦਾ ਹਰਕਤ ਹੈ, ਗਲਤ ਹਰਕਤ ਹੈ। ਪ੍ਰਸ਼ਾਸਨ ਦਾ ਸਾਥ ਦਿਓ, ਰਲ ਮਿਲ ਕੇ ਰਹੋ, ਉਹਨਾਂ ਦਾ ਜੋ ਕਹਿੰਦੇ ਉਹਨਾਂ ਦੇ ਹੁਕਮਾਂ ਦੀ ਜਿਹੜੀ ਆ ਪਾਲਣਾ ਕਰੋ ਔਰ ਜਿਹੜੇ ਜ਼ਰੂਰਤਮੰਦ ਲੋਕ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਮੌਤ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਸਰਕਾਰੀ ਪ੍ਰਸ਼ਾਸਨ ਤੇ ਖੜੇ ਹੁੰਦੇ ਨੇ, ਜਿਸ ਨੂੰ ਲੈ ਕੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ। ਉਸ ਮੌਕੇ ਉਹਨਾਂ ਨੇ ਭਾਈ ਸਾਹਿਬ ਦੀ ਆਈ ਆਡੀਓ ਦੇ ਵਿੱਚ ਹਸਪਤਾਲ ਦੀ ਅਣਗਹਿਲੀ ਨੂੰ ਨਕਾਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਦੀ ਕੋਈ ਗੱਲ ਨਹੀਂ ਹੈ ਅਤੇ ਹਸਪਤਾਲ ਦੇ ਵਿੱਚ ਪੂਰੇ ਪ੍ਰਬੰਧ ਨੇ ਅਤੇ ਕੋਈ ਘਾਟ ਨਹੀਂ ਹੈ। ਇਸ ਦੇ ਨਾਲ ਨਾਲ ਉਹਨਾਂ ਨੇ ਆਖਿਆ ਕਿ ਸੁਰੱਖਿਆ ਕਿੱਟਾਂ ਵੀ ਪੂਰੀਆਂ ਨੇ ਤੇ ਕੋਈ ਵੀ ਘਾਟ ਨਹੀਂ ਆ ਦਿੱਤੀ ਜਾਵੇਗੀ। ਸਾਡੇ ਬੜੇ ਸਤਿਕਾਰਯੋਗ ਸੀਗੇ, ਉਹਨਾਂ ਦੀ ਜਿਹੜੀ ਡੈਥ ਹੋਈ ਆ ਕਰੋਨਾ ਵਾਇਰਸ ਨਾਲ ਹੋਈ ਹੈ। ਸੋ ਉਹਦੇ ਬਾਰੇ ਜਿਹੜੀ ਵੀਡੀਓ ਕੋਈ ਜਾਰੀ ਹੋਈ ਆ, ਉਹ ਜਿੱਦਾਂ ਉਹਨਾਂ ਦੇ ਭਤੀਜੇ ਸੀਗੇ, ਉਹਨਾਂ ਨੇ ਕਿਹਾ ਕਿ ਸਾਡਾ ਪ੍ਰੋਪਰ ਇਲਾਜ ਨਹੀਂ ਹੋਇਆ। ਮੈਂ ਇਹ ਗੱਲ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ, ਅੱਜ ਅਸੀਂ ਰਿਵਿਊ ਵੀ ਕੀਤਾ, ਡਾਕਟਰ ਸਾਹਿਬਾਨ ਦੀ ਮੀਟਿੰਗ ਵੀ ਲਈ ਆ, ਮੈਡਮ ਪ੍ਰਿੰਸੀਪਲ ਬੈਠੇ ਨੇ, MS ਬੈਠੇ ਨੇ, ਮੈਡਮ ਸਿਵਲ ਸਰਜਨ ਨੇ, ਸਾਡੇ ਡਿਪਟੀ ਕਮਿਸ਼ਨਰ, ਕਮਿਸ਼ਨਰ ਪੁਲਿਸ। ਮੈਂ ਗੱਲ ਦੱਸਣਾ ਚਾਹੁੰਦਾ ਕਿ ਸਾਡੇ ਡਾਕਟਰਾਂ ਵੱਲੋਂ ਕੋਈ ਕਮੀ ਪੇਸ਼ੀ ਰਹੀ ਨਹੀਂ। ਆਹ ਜਿਹੜੀਆਂ ਗੱਲਾਂ ਨਿੱਕੀਆਂ ਨਿੱਕੀਆਂ ਕਿ ਉੱਥੇ ਥਰਮਾਮੀਟਰ ਨਹੀਂ, ਤੁਸੀਂ ਵੇਖੋ ਵੀ ਐਡਾ ਵੱਡਾ ਹੋਸਪਿਟਲ ਜਿੱਥੇ ਥਰਮਾਮੀਟਰ ਨਾ ਹੋਵੇ, ਇਹ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨੇ। ਉਹਨਾਂ ਜਿਸ ਵੇਲੇ ਸਾਡੇ ਕੋਲ ਆਏ ਨੇ, ਗੁਰੂ ਰਾਮਦਾਸ ਹੋਸਪਿਟਲ 'ਚ ਗਏ ਸੀਗੇ, ਉਹਨਾਂ ਰੱਖਿਆ ਨਹੀਂ। ਸੋ ਉਹਨਾਂ ਨੇ ਰੈਫਰ ਕੀਤਾ ਇੱਥੇ ਉਹਨਾਂ ਨੂੰ, ਖਾਲਸਾ ਜੀ ਨੂੰ। ਸੋ ਉਹਨਾਂ ਨੂੰ ਜਦੋਂ ਜਿਸ ਵੇਲੇ ਉਹਨਾਂ ਦਾ ਟੈਸਟ ਹੋਇਆ, ਇੱਥੇ 4-5 ਘੰਟੇ ਲੱਗਦੇ ਨੇ, ਉੱਥੇ ਉਹਨਾਂ ਨੂੰ ਇਲਾਜ ਲਈ ਜਿਹੜਾ ਆਈਸੋਲੇਸ਼ਨ ਵਾਰਡ 'ਚ ਜਿਹੜਾ ਉਹਨਾਂ ਨੂੰ ਸ਼ਿਫਟ ਕੀਤਾ ਗਿਆ। ਉੱਥੇ ਉਹਨਾਂ ਦਾ ਪ੍ਰੋਪਰ ਇਲਾਜ ਜਿਹੜਾ ਉਹ ਕੀਤਾ। ਜਿਸ ਵੇਲੇ ਉਹਨਾਂ ਨੂੰ ਇਹ ਪਤਾ ਲੱਗਾ ਕਿ ਮੈਂ ਪੋਜ਼ਿਟਿਵ ਆ ਗਿਆ, ਮੈਨੂੰ ਕਰੋਨਾ ਵਾਇਰਸ ਆ, ਉਹਨਾਂ ਨੇ ਥੋੜ੍ਹਾ ਜਿਹਾ, ਵੈਸੇ ਉਹ ਬੰਦਾ ਜਦੋਂ ਇਹੋ ਜਿਹਾ ਪਤਾ ਲੱਗਦਾ ਥੋੜ੍ਹਾ ਏਜ ਵੀ ਸਨ, ਥੋੜ੍ਹਾ ਉਸੇ ਵੇਲੇ ਉਹ ਸਹਿਬ ਗਏ। ਉਸ ਤੋਂ ਬਾਅਦ ਉਹਨਾਂ ਦੀ ਤਬੀਅਤ ਜਿਹੜੀ ਹੈ ਨਾਲ ਹੀ ਢਿੱਲੀ ਚਾਲੂ ਹੋ ਗਈ। ਸੋ ਬਥੇਰਾ ਡਾਕਟਰ ਨੇ
ਵਾਹ ਲਾਇਆ ਉੱਥੇ ਜੋ ਡਾਕਟਰ ਕਰ ਸਕਦੇ ਸੀਗੇ। ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ ਇਸ ਹੌਸਪੀਟਲ 'ਚ ਸਮਾਨ ਜਿਹੜਾ ਕਰੋਨਾ ਵਾਇਰਸ ਨਾਲ ਸੰਬੰਧਿਤ ਜੋ ਵੀ ਕੁਛ ਸੀਗਾ ਸਾਰਾ ਸਮਾਨ ਸਰਕਾਰ ਨੇ ਮੁਹੱਈਆ ਕਰਵਾਇਆ। ਸੀ ਐੱਮ ਸਾਹਿਬ ਆਪ ਵੇਖ ਰਹੇ ਨੇ, ਡੇਲੀ ਸੀ ਐੱਮ ਸਾਹਿਬ ਆਪ ਗੱਲ ਕਰ ਰਹੇ ਨੇ ਵੀ ਕਿਸੇ ਚੀਜ਼ ਦੀ ਮੁਸ਼ਕਿਲ ਤਾਂ ਨਹੀਂ। ਸੋ ਅਸੀਂ ਮੀਡੀਆ ਕਰ ਰਹੇ ਨੇ, ਤੁਸੀਂ ਪਿੱਛੇ ਵੀ 3 ਦਿਨ ਪਹਿਲਾਂ ਇੱਥੇ ਆਏ ਸੀ। ਸੋ ਉਸ ਵੇਲੇ ਸਾਰਾ ਕੁਝ ਦੱਸਿਆ ਸੀਗੇ, ਤੁਹਾਨੂੰ ਵੀ ਪਤਾ ਟੀਮਾਂ ਲੱਗੀਆਂ ਨੇ। ਸੋ ਕੋਈ ਇਹੋ ਜਿਹੀ ਗੱਲ ਨਹੀਂ, 19-21 ਜੇ ਕਿਤੇ ਮਾੜੀ ਮੋਟੀ ਕੋਈ ਮੁਸ਼ਕਿਲ ਆਈ ਤਾਂ ਪੇਰੈਂਟਸ ਦੱਸ ਸਕਦੇ ਨੇ, ਪ੍ਰਿੰਸੀਪਲ ਨੂੰ ਦੱਸ ਸਕਦੇ ਨੇ। ਉਹਨਾਂ ਨੇ ਉਹਨਾਂ ਦੀ ਤਾਂ VIP ਟ੍ਰੀਟਮੈਂਟ ਕੀਤੀ ਹੈ, ਸਪੈਸ਼ਲ ਕਮਰਾ ਉਹਨਾਂ ਨੂੰ ਦਿੱਤਾ ਗਿਆ, ਉਹਨਾਂ ਨੂੰ ਸਪੈਸ਼ਲ ਕਮਰਾ ਦਿੱਤਾ ਗਿਆ ਹੋਸਪਿਟਲ 'ਚ ਜਿੱਥੇ ਉਹਨਾਂ ਦੀ ਟ੍ਰੀਟਮੈਂਟ ਚੱਲੀ ਆ। ਪਰ ਪਰਮਾਤਮਾ ਦਾ ਜੋ ਹੁਕਮ ਆ ਉਹਦੇ ਅੱਗੇ ਝੁਕਣਾ ਪੈਂਦਾ। ਸੋ ਸਾਨੂੰ ਵੀ ਦੁੱਖ ਆ ਉਹਨਾਂ ਦੀ ਮੌਤ ਨਾਲ, ਪਰ ਇਲਾਜ ਜਿਹੜਾ ਇੱਕ ਪੇਸ਼ੈਂਟ ਦਾ ਨਹੀਂ ਹੋ ਰਿਹਾ। ਸਾਡੇ ਕੋਲ ਹੁਣ ਇਸ ਵੇਲੇ ਤਕਰੀਬਨ 9-10 ਜਿਹੜੇ ਪੇਸ਼ੈਂਟ ਨੇ ਉਹ ਪੋਜ਼ਿਟਿਵ ਨੇ। ਇੱਥੇ ਸਾਰਿਆਂ ਦਾ ਇਲਾਜ ਸਾਡੇ ਡਾਕਟਰ ਹੀ ਕਰ ਰਹੇ ਨੇ। ਡਾਕਟਰ ਸਾਡੇ ਵੈਸੇ ਤੁਹਾਨੂੰ ਪਤਾ ਅੰਮ੍ਰਿਤਸਰ ਦੇ ਡਾਕਟਰ ਜਿਹੜੇ ਨੇ ਉਹ ਪੁਰਾਣਾ ਹੀ ਨਾਂ ਹੈ ਸਾਡੇ ਇਸ ਮੈਡੀਕਲ ਕਾਲਜ ਦਾ। ਸੋ ਇਲਾਜ ਵੱਲੋਂ ਕੋਈ ਕਮੀ ਨਹੀਂ ਆ ਰਹੀ। DC ਸਾਹਿਬ ਵੇਖ ਰਹੇ ਆ, ਕਮਿਸ਼ਨਰ ਪੁਲਿਸ ਇੱਥੇ ਆਉਂਦੇ ਨੇ ਹਰ ਵਾਰੀ ਨਾਲ, ਜਿਹੜੀ ਜਿਹੜੀ ਚੀਜ਼ ਦੀ ਇਹਨਾਂ ਨੂੰ ਲੋੜ ਹੁੰਦੀ ਹੈ ਡਿਪਟੀ ਕਮਿਸ਼ਨਰ ਪ੍ਰੋਵਾਈਡ ਕਰਾ ਰਹੇ ਨੇ, ਕਮਿਸ਼ਨਰ ਪੁਲਿਸ ਵੀ ਲੱਗੇ ਨੇ, ਮੈਂ ਵੀ ਲੱਗਾ। ਮੇਰਾ ਆਪਣਾ ਸ਼ਹਿਰ ਆ, ਮੈਨੂੰ ਆਪਣਾ ਮੈਨੂੰ ਫਿਕਰ ਆ, ਮੇਰੇ ਕੋਲ ਇਹ ਮਹਿਕਮਾ ਵੀ ਆ। ਸੋ ਕਿਸੇ ਤਰ੍ਹਾਂ ਦੀ ਅਸੀਂ ਇਹਨਾਂ ਨੂੰ ਮੁਸ਼ਕਿਲ ਨਹੀਂ ਆਉਣ ਦਿੰਦੇ। ਜਿੱਥੋਂ ਤੱਕ ਸਮਾਨ ਦਾ ਸਵਾਲ ਹੈ, ਸਾਡੇ ਕੋਲ ਹਰ ਚੀਜ਼ ਹੈਗੀ ਆ। ਸਾਡੇ ਕੋਲ ਅੱਜ ਵੀ 500 ਦੇ ਕਰੀਬ ਜਿਹੜੀ ਆ ਉਹ ਕਿੱਟ ਪਈ ਆ, ਰਿਜ਼ਰਵ 'ਚ ਰੱਖੀ ਆ ਕਿਤੇ ਐਮਰਜੈਂਸੀ। ਬਾਕੀ ਡੇਲੀ ਜਿੰਨੀ ਲੋੜ ਹੁੰਦੀ ਆ ਉਹ ਆ ਰਹੀ ਹੈ, ਸਾਡੇ ਕੋਲ ਕਿੱਟਸ ਵੀ ਆ ਰਹੀਆਂ, ਸਾਡੇ ਕੋਲ ਜਿਹੜੇ ਮਾਸਕ ਜਿਹੜੇ ਨੇ ਉਹ ਵੀ ਆ ਰਹੇ ਨੇ। Holidays? Searching for agency? Are you confused? Then here is a solution. Now you can book your railway ticket, bus ticket and airplane ticket with hotel booking just in 5 minutes. Immediately contact us on 94786-95072. You are watching NC7 News. To give advertisement for flash ad, video ad and paid stories on this channel, contact us on 9855858559.